श्रोमणी अकाली दल दे बागी धड़े दे वल्लों श्री अकाल तख्त साहिब विखे हाजिर हो के माफी मंगी गई है। लिखती रूप दे विच माफीनामा श्री अकाल तख्त साहिब दे जथेदार ज्ञानी रघुवीर सिंह नूं सौंपिया गया है, जिथे उन्होंने अपनी लिखती गलतियां ते भुलां दी माफी मंगी है। माफीनामे दे विच राम रहीम दा भी जिक्र किया गया है ते माफीनामे दे विच अपनियां भुलां भी लिखियां गईयां ने, जिस विच उन्होंने साफ किया है कि असी पार्टी की सीनियर लीडरशिप नूं कहिंदे आ रहे हां कि श्री अकाल तख्त साहिब दे सन्मुख हाजिर हो के गलतियां लई गुरमत मर्यादा अनुसार पश्चाताप किया जाए ते स्पष्ट रूप विच माफी मंगी जाए। पर पार्टी की सीनियर लीडरशिप इसलिए सहमत नहीं हुई सी। उस समय श्रोमणी अकाली दल की लीडरशिप का हिस्सा होने कारण सानूं इन्हां गलतियां का गहरा एहसास है ते साडे मनां ते इसका बोझ भी है। इसी करके सिख पंथ की सर्वोच्च संस्था श्री अकाल तख्त साहिब ते समुचे सिख पंथ तो माफी मंगन दे लई असीं तुहाडे कोल हाजिर होए आं ते इस पत्र राही लिखती रूप विच होईयां गलतियां लई खिमा जांचना करते हां। नाल इस लिखती माफीनामे दे विच ए वी साफ किया गया है कि उन्हां दे वल्लों होईयां इन्हां भुल्लां ते गलतियां लई श्री अकाल तख्त साहिब वल्लों गुरमत मर्यादा अनुसार दित्ती हर सजा उन्हां नूं मंजूर होएगी। ਉਹ ਸਿੱਧਕ ਦਿਲੀ ਤੇ ਨਿਮਰਤਾ ਦੇ ਨਾਲ ਸਜ਼ਾ ਭੁਗਤਣ ਲਈ ਤਿਆਰ ਰਹਿਣਗੇ। ਸੋ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮਾਫੀ ਮੰਗੀ ਗਈ ਹੈ, ਖਿਮਾ ਯਾਚਨਾ ਕੀਤੀ ਗਈ ਹੈ ਕਿ ਆਪਣੀਆਂ ਭੁੱਲਾਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਉਹਨਾਂ ਨੂੰ ਮਾਫ਼ ਕੀਤਾ ਜਾਏ। ਗਿਆਨੀ ਰਘਵੀਰ ਸਿੰਘ ਨੂੰ ਲਿਖਤੀ ਰੂਪ ਦੇ ਵਿੱਚ ਇੱਕ ਮਾਫੀਨਾਮਾ ਦਿੱਤਾ ਗਿਆ ਹੈ ਤੇ ਮਾਫੀਨਾਮੇ ਦੇ ਵਿੱਚ ਗਲਤੀਆਂ ਵੀ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਗਈਆਂ ਨੇ, ਜਿਸ ਲਈ ਖਿਮਾ ਮੰਗੀ ਗਈ ਹੈ, ਮਾਫੀ ਮੰਗੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਮਾਫੀ ਮੰਗੀ ਗਈ ਹੈ। ਲਿਖਤੀ ਰੂਪ ਦੇ ਵਿੱਚ ਮਾਫੀਨਾਮਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੂੰ ਸੌਂਪਿਆ ਗਿਆ ਹੈ, ਜਿੱਥੇ ਉਹਨਾਂ ਨੇ ਆਪਣੀ ਲਿਖਤੀ ਗਲਤੀਆਂ ਤੇ ਭੁੱਲਾਂ ਦੀ ਮਾਫੀ ਮੰਗੀ ਹੈ। ਮਾਫੀਨਾਮੇ ਦੇ ਵਿੱਚ ਰਾਮ ਰਹੀਮ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੇ ਮਾਫੀਨਾਮੇ ਦੇ ਵਿੱਚ ਆਪਣੀਆਂ ਭੁੱਲਾਂ ਵੀ ਲਿਖੀਆਂ ਗਈਆਂ ਨੇ, ਜਿਸ ਵਿੱਚ ਉਹਨਾਂ ਨੇ ਸਾਫ ਕਿਹਾ ਹੈ ਕਿ ਅਸੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਕਹਿੰਦੇ ਆ ਰਹੇ ਹਾਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹਾਜ਼ਰ ਹੋ ਕੇ ਗਲਤੀਆਂ ਲਈ ਗੁਰਮਤ ਮਰਿਆਦਾ ਅਨੁਸਾਰ ਪਸ਼ਚਾਤਾਪ ਕੀਤਾ ਜਾਏ ਤੇ ਸਪਸ਼ਟ ਰੂਪ ਵਿੱਚ ਮਾਫੀ ਮੰਗੀ ਜਾਏ। ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਲਈ ਸਹਿਮਤ ਨਹੀਂ ਹੋਈ ਸੀ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਹਿੱਸਾ ਹੋਣ ਕਾਰਨ ਸਾਨੂੰ ਇਹਨਾਂ ਗਲਤੀਆਂ ਦਾ ਗਹਿਰਾ ਅਹਿਸਾਸ ਹੈ ਤੇ ਸਾਡੇ ਮਨਾਂ ਤੇ ਇਸਦਾ ਬੋਝ ਵੀ ਹੈ। ਇਸੇ ਕਰਕੇ ਸਿੱਖ ਪੰਥ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗਣ ਦੇ ਲਈ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਤੇ ਇਸ ਪੱਤਰ ਰਾਹੀਂ ਲਿਖਤੀ ਰੂਪ ਵਿੱਚ ਹੋਈਆਂ ਗਲਤੀਆਂ ਲਈ ਖਿਮਾ ਜਾਂਚਨਾ ਕਰਦੇ ਹਾਂ। ਨਾਲ ਇਸ ਲਿਖਤੀ ਮਾਫੀਨਾਮੇ ਦੇ ਵਿੱਚ ਇਹ ਵੀ ਸਾਫ਼ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਹੋਈਆਂ ਇਹਨਾਂ ਭੁੱਲਾਂ ਤੇ ਗਲਤੀਆਂ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਮਤ ਮਰਿਆਦਾ ਅਨੁਸਾਰ ਦਿੱਤੀ ਹਰ ਸਜ਼ਾ ਉਹਨਾਂ ਨੂੰ ਮਨਜ਼ੂਰ ਹੋਏਗੀ। ਉਹ ਸਿੱਧਕ ਦਿਲੀ ਤੇ ਨਿਮਰਤਾ ਦੇ ਨਾਲ ਸਜ਼ਾ ਭੁਗਤਣ ਲਈ ਤਿਆਰ ਰਹਿਣਗੇ। ਸੋ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮਾਫੀ ਮੰਗੀ ਗਈ ਹੈ, ਖਿਮਾ ਯਾਚਨਾ ਕੀਤੀ ਗਈ ਹੈ ਕਿ ਆਪਣੀਆਂ ਭੁੱਲਾਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਉਹਨਾਂ ਨੂੰ ਮਾਫ਼ ਕੀਤਾ ਜਾਏ। ਗਿਆਨੀ ਰਘਵੀਰ ਸਿੰਘ ਨੂੰ ਲਿਖਤੀ ਰੂਪ ਦੇ ਵਿੱਚ ਇੱਕ ਮਾਫੀਨਾਮਾ ਦਿੱਤਾ ਗਿਆ ਹੈ ਤੇ ਮਾਫੀਨਾਮੇ ਦੇ ਵਿੱਚ ਗਲਤੀਆਂ ਵੀ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਗਈਆਂ ਨੇ, ਜਿਸ ਲਈ ਖਿਮਾ ਮੰਗੀ ਗਈ ਹੈ, ਮਾਫੀ ਮੰਗੀ ਗਈ ਹੈ।